ਸਕੂਟੀ ਸਵਾਰ ਜੋੜੇ ਨੂੰ ਰੀਲ ਬਣਾਉਣਾ ਪੈ ਗਿਆ ਮਹਿੰਗਾ। ਦੇਖੋ ਫਿਰ ਪੁਲਿਸ ਨੇ ਕਿਵੇਂ ਪਾਇਆ ਭਾਜੜਾ। ਜੀ ਹਾਂ, ਅਕਸਰ ਹੀ ਅਸੀਂ ਦੇਖਦੇ ਆ ਕਿ ਅੱਜ ਕੱਲ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਲੋਕ ਤਰ੍ਹਾਂ ਤਰ੍ਹਾਂ ਦੀਆਂ ਰੀਲਾਂ ਬਣਾਉਂਦੇ ਹੋਏ ਨਜ਼ਰ ਆਉਂਦੇ ਨੇ ਤੇ ਵਿਊਜ਼ ਖੱਟਣ ਦੇ ਮਾਰੇ ਜਿਹੜੇ ਨੇ ਅਲੱਗ ਤਰੀਕੇ ਦੀਆਂ ਵੀਡੀਓਜ਼ ਬਣਾਉਣਾ ਪਸੰਦ ਕਰਦੇ ਨੇ। ਪਰ ਕੀ ਕਦੇ ਕਿਸੇ ਨੇ ਇਹ ਸੁਣਿਆ ਹੈ ਕਿ ਰੀਲ ਬਣਾਉਣ ਦਾ ਹਰਜਾਨਾ ਕਿਸੇ ਨੂੰ ਭੁਗਤਣਾ ਪੈ ਗਿਆ ਹੋਏ, ਕਿਸੇ ਤੇ FIR ਦਰਜ ਹੋਈ ਹੋਏ, ਮਾਮਲਾ ਦਰਜ ਹੋਇਆ ਹੋਏ? ਜੀ ਹਾਂ, ਅਜਿਹਾ ਹੀ ਮਾਮਲਾ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ। ਸੋ ਤੁਸੀਂ ਵੀ ਰੀਲ ਬਣਾਉਣ ਤੋਂ ਪਹਿਲਾਂ ਘੱਟੋ ਘੱਟ ਜ਼ਰੂਰ ਸੋਚਿਆ ਕਰੋ, ਇੱਕ ਦੋ ਵਾਰ ਤਾਂ ਜ਼ਰੂਰ ਸੋਚਣਾ ਬਣਦਾ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ ਦੇ ਵਿੱਚ ਦੋ ਜੋੜ ਜਿਹੜਾ ਜੋੜਾ ਹੈ, ਇੱਕ ਕਪਲ ਹੈ, ਇੱਕ ਮੁੰਡਾ ਤੇ ਇੱਕ ਕੁੜੀ ਹੈ, ਸਕੂਟੀ ਤੇ ਜਾ ਰਹੇ ਨੇ। ਵਿਚਾਰੇ ਉਹਨਾਂ ਦੇ ਬਾਲਟੀ ਧਰੀ ਹੋਈ ਹੈ, ਬਾਲਟੀ ਦੇ ਵਿੱਚ ਪਾਣੀ ਹੈ। ਪਾਣੀ ਪਹਿਲਾਂ ਪਿੱਛੇ ਬੈਠੀ ਕੁੜੀ ਆਪਣੇ ਤੇ ਪਾ ਰਹੀ ਹੈ, ਬਾਅਦ ਵਿੱਚ ਸਕੂਟਰੀ ਚਲਾਉਣ ਵਾਲੇ ਤੇ ਪਾ ਰਹੀ ਹੈ, ਜੋ ਕਿ ਸੋਸ਼ਲ ਮੀਡੀਆ ਤੇ ਬੜੀ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਨੂੰ ਕਿਸੇ ਨੇ ਸ਼ੇਅਰ ਕੀਤਾ, ਸ਼ੇਅਰ ਕਰਕੇ ਉਸਦੇ ਵਿੱਚ ਮੁੰਬਈ ਪੁਲਿਸ ਨੂੰ ਟੈਗ ਕੀਤਾ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਮਹਾਰਾਸ਼ਟਰ ਦੀ ਦੱਸੀ ਜਾ ਰਹੀ ਹੈ, ਮੁੰਬਈ ਦੀ ਦੱਸੀ ਜਾ ਰਹੀ ਹੈ। ਮੁੰਬਈ 'ਚ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇੱਕ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਟੈਗ ਕਰਕੇ ਲਿਖਿਆ ਗਿਆ ਕਿ ਆਹ ਤੁਹਾਡਾ ਲਾਅ ਐਂਡ ਆਰਡਰ ਹੈ, ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਹੁਣ ਇਹਨਾਂ ਤੇ ਕਾਰਵਾਈ ਕਰਨੀ ਲਾਜ਼ਮੀ ਬਣਦੀ ਹੈ, ਜਿਸ ਤੋਂ ਬਾਅਦ ਇਹਨਾਂ ਤੇ ਪਰਚਾ ਵੀ ਦਰਜ ਜਿਹੜਾ ਹੈ ਉਹ ਹੋ ਚੁੱਕਿਆ। ਅਸੀਂ ਜਾਣਦੇ ਹਾਂ ਗਰਮੀਆਂ ਦਾ ਮੌਸਮ ਚੱਲ ਰਿਹਾ ਤੇ ਕਈ ਲੋਕ ਗਰਮੀਆਂ ਦੇ ਵਿੱਚ ਟ੍ਰੈਂਡਿੰਗ ਦੇ ਵਿੱਚ ਆਉਣ ਦੇ ਲਈ ਜਿਹੜੇ ਨੇ ਵੱਖੋ ਵੱਖ ਰਾਹ ਲੱਭਦੇ ਨੇ। ਕਈ ਲੋਕ ਸੋਸ਼ਲ ਮੀਡੀਆ ਤੇ ਗਾਣਿਆਂ ਤੇ ਨੱਚਦੇ ਦਿਖਾਈ ਦਿੰਦੇ ਨੇ, ਪਰ ਉੱਥੇ ਹੀ ਕਈ ਲੋਕ ਅਜਿਹੇ ਹੁੰਦੇ ਨੇ ਜੋ ਵੱਖ ਵੱਖ ਤਰੀਕਿਆਂ ਦੇ ਵੀਡੀਓਜ਼ ਬਣਾਉਂਦੇ ਤਾਂ ਜੋ ਉਹ ਰਾਤੋ ਰਾਤ ਫੇਮਸ ਹੋ ਜਾਣ। ਖੈਰ, ਇਹ ਤਾਂ ਕੋਈ ਪਤਾ ਨਹੀਂ ਕਿ ਇਹਨਾਂ ਦੀ ਵੀਡੀਓ ਵਾਇਰਲ ਕਿੰਨੀ ਕੁ ਹੋਈ ਹੈ, ਕਿੰਨੇ ਕੁ ਵਿਊਜ਼ ਲਏ ਨੇ, ਕਿੰਨੇ ਕੁ ਮਸ਼ਹੂਰ ਹੋਏ ਨੇ, ਪਰ ਇਹਨਾਂ ਤੇ ਪੁਲਿਸ ਨੇ ਜਿਹੜਾ ਮਾਮਲਾ ਜ਼ਰੂਰ ਦਰਜ ਕਰ ਲਿਆ। ਪੁਲਿਸ ਨੇ ਇਹਨਾਂ ਨੂੰ ਭਾਜੜਾ ਪਾ ਕੇ ਰੱਖ ਦਿੱਤੀਆਂ ਨੇ। ਸੋ ਜੇਕਰ ਤੁਸੀਂ ਵੀ ਅਲੱਗ ਤਰੀਕੇ ਦੀਆਂ ਵੀਡੀਓਜ਼ ਬਣਾਉਂਦੇ ਹੋ, ਹਰ ਵਾਰੀ ਕੋਸ਼ਿਸ਼ ਕਰਦੇ ਹੋ ਕਿ ਕੁਛ ਅੱਡ ਕਿਉਂ ਨਾ ਕੀਤਾ ਜਾਏ, ਤਾਂ ਕੁਛ ਅਲੱਗ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚ ਲਿਓ ਕਿ ਤੁਸੀਂ ਕਾਨੂੰਨ ਦੇ ਦਾਇਰੇ ਦੇ ਅੰਦਰ ਆ ਕੇ ਕਰ ਰਹੇ ਹੋ ਜਾਂ ਨਹੀਂ। ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਇਸ ਜੋੜੇ ਤੇ ਮਾਮਲਾ ਦਰਜ ਕੀਤਾ, ਕਿਉਂਕਿ ਇਹਨਾਂ ਨੇ ਨਾ ਤਾਂ ਹੈਲਮਟ ਪਾਈ ਹੈ ਤੇ ਦੂਸਰਾ ਇਹ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਰੀਲ ਬਣਵਾ ਰਹੇ ਨੇ। ਖੁਦ ਸਕੂਟਰੀ ਤੇ ਜਾ ਰਹੇ ਨੇ ਤੇ ਨਾਲ ਕੋਈ ਉਹਨਾਂ ਦਾ ਰੀਲ ਬਣਾਉਂਦਾ ਹੋਇਆ ਨਜ਼ਰ ਆ ਰਿਹਾ, ਕੋਈ ਨਾਲ ਨਾਲ ਕੈਮਰਾ ਲੈ ਕੇ ਰੀਲ ਬਣਾ ਰਿਹਾ। ਸੋ ਮਾਮਲਾ ਜਿਹੜਾ ਇਹਨਾਂ ਤੇ ਦਰਜ ਹੋਇਆ, ਸੋ ਇੱਕ ਵਾਰ ਤੁਸੀਂ ਵੀ ਜੇਕਰ ਰੀਲ ਬਣਾਉਣ ਦੇ ਸ਼ੌਕੀਨ ਹੋ, ਜ਼ਰੂਰ ਗੌਰ ਕਰਿਆ ਕਰੋ ਕਿ ਜੋ ਵੀ ਚੀਜ਼ਾਂ ਤੁਸੀਂ ਕਰ ਰਹੇ ਹੋ ਕਾਨੂੰਨ ਦੇ ਦਾਇਰੇ ਦੇ ਅੰਦਰ ਆਉਂਦੀਆਂ ਨੇ ਜਾਂ ਫਿਰ ਨਹੀਂ। ਜਿੰਨੇ ਵੀ ਲੋਕ ਰੀਲ ਬਣਾਉਣ ਦੇ ਸ਼ੌਕੀਨ ਨੇ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ ਇਹ ਵੀਡੀਓ, ਤਾਂ ਜੋ ਕਿਤੇ ਉਹਨਾਂ ਤੇ ਵੀ ਅਜਿਹਾ ਮਾਮਲਾ ਨਾ ਦਰਜ ਹੋ ਜਾਵੇ।